ਪੈਰ ਸੋ ਜਾਂਦੇ ਨੇ, ਕਹਿੰਦੇ ਬਾਂਹ ਇੱਥੇ ਕਰੇ, ਕਈ ਵਾਰ ਕਹਿੰਦੇ ਫੋਨ ਅਸੀਂ ਚੱਕਣੇ ਆ ਤੇ ਗੱਲ ਕਰਦੇ ਕਰਦੇ ਬਾਂਹ ਜਿਹੜੀ ਸੋ ਜਾਂਦੀ ਹੈ, ਪਾਠ ਕਰਨ ਬੈਠਣੇ ਆ ਤੇ ਲੱਤ ਸੋ ਜਾਂਦੀ ਹੈ। ਸਾਡੇ ਸਾਡੇ ਜਿਹੜੇ ਪੈਰਾਂ ਦੇ ਵਿੱਚ ਜਾਂ ਸਾਡੇ ਲੱਤਾਂ ਦੇ ਵਿੱਚ ਲਾਈਕ ਟਿਗਲਿੰਗ ਜੀ ਆਉਂਦੀਆਂ ਰਹਿੰਦੀਆਂ, ਕੀੜੀਆਂ ਜਿਹਾ ਲੜਦੀਆਂ ਰਹਿੰਦੀਆਂ ਜਾਂ ਸੋਜਾ ਹੁੰਦਾ ਰਹਿੰਦਾ, ਉਹਦਾ ਕੀ ਕਾਰਨ ਹੈ ਡਾਕਟਰ ਸਾਹਿਬ? ਮੋਸਟ ਜਿਹੜਾ ਇਹਨਾਂ ਦਾ ਕਾਰਨ ਹੈ ਕਿ ਜਿਹੜਾ ਸਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈ, ਖੂਨ ਜਿਹੜਾ ਦੌਰਾ ਕਰਦਾ ਉਹ ਪ੍ਰੋਪਰ ਨਹੀਂ ਹੁੰਦਾ, ਕਈਆਂ ਦਾ ਬਿਲਕੁਲ ਥੋੜ੍ਹਾ ਥੋੜ੍ਹਾ ਕਰਦਾ ਅਤੇ ਕਈਆਂ ਦਾ ਬਿਲਕੁਲ ਹੀ ਕਹਿੰਦੇ ਕਿ ਰੁਕ ਜਾਂਦਾ, ਖੂਨ ਥੱਲੇ ਦੇ ਜਾਂਦਾ ਅਤੇ ਉੱਪਰ ਨਹੀਂ ਆਉਂਦਾ, ਕਈ ਵਾਰੀ ਉਹ ਵੈਰੀਕੋਸ ਵੇਨਸ ਵੀ ਕਹਿੰਦੇ ਉਹਨਾਂ ਨੂੰ ਬਣ ਜਾਂਦੀ ਹੈ। ਇੱਕ ਕਾਰਨ ਤਾਂ ਇਹ ਹੈ ਕਿ ਮੈਂ ਆਪਣੇ ਲੋਕ ਜਿਹੜੇ ਪਾਣੀ ਬਹੁਤ ਘੱਟ ਪੀਂਦੇ ਨੇ ਅਤੇ ਸਾਰਿਆਂ ਵਾਸਤੇ ਕਿ ਪਾਣੀ ਜ਼ਰੂਰ ਪੀਓ, ਖੁੱਲ੍ਹਾ ਪੀਓ, 6 ਤੋਂ 7 ਗਲਾਸ ਪਾਣੀ ਪੀਓ ਹੀ ਪੀਓ, ਹੁਣ ਗਰਮੀਆਂ ਨੇ ਡੀਹਾਈਡਰੇਸ਼ਨ ਹੋ ਜਾਂਦੀ। ਨੰਬਰ 2 ਹੈ ਕਿ ਅਸੀਂ ਜਿਹੜੇ ਬੈਠੇ ਰਹਿੰਦੇ ਹਾਂ, ਅਸੀਂ ਮੋਬਿਲਿਟੀ ਘੱਟ ਹੈ, ਐਕਸਰਸਾਈਜ਼ ਕੁਛ ਨਾ ਕੁਛ ਹੋਣੀ ਚਾਹੀਦੀ। ਤੀਸਰਾ ਹੈ ਮੈਡੀਕਲ ਕਾਰਨ ਜਿਹੜਾ ਹੈ ਕਿ ਜਿਹਨਾਂ ਨੂੰ ਡਾਇਬਟੀਜ਼ ਹੈ ਜਾਂ ਜਿਹੜੀ ਸ਼ੂਗਰ ਹੈ ਜਿਹਨਾਂ ਨੂੰ ਜ਼ਿਆਦਾ ਹੁੰਦੀ ਰਹਿੰਦੀ ਹੈ ਅਤੇ ਉਹਦੇ ਨਾਲ ਖੂਨ ਤੁਹਾਡਾ ਗਾੜਾ ਹੋ ਜਾਂਦਾ। ਇੱਦਾਂ ਹੀ ਸਾਡੇ ਅੰਦਰ ਵੀ, ਨਾੜੀਆਂ ਦੇ ਅੰਦਰ ਵੀ ਖੂਨ ਇੱਦਾਂ ਹੀ ਜੰਮ ਜਾਂਦਾ ਹੈ ਅਤੇ ਉਹ ਜਿਹੜਾ ਹੈ ਨਿਕਲਦਾ ਨਹੀਂ ਅਤੇ ਸਰਕੂਲੇਟ ਪ੍ਰੋਪਰ ਜਿੱਥੇ ਜਿੱਥੇ ਨਹੀਂ ਹੋਏਗਾ ਉੱਥੇ ਉੱਥੇ ਤੁਹਾਡੇ ਇਹ ਪ੍ਰੋਬਲਮਸ ਹੁੰਦੀਆਂ, ਸੋਜਾ ਪੈ ਜਾਂਦਾ। ਸੋ ਡਾਕਟਰ ਨਿਸ਼ਾ ਜੀ ਪਹੁੰਚ ਚੁੱਕੇ ਨੇ ਸਾਡੇ ਸਟੂਡੀਓ ਦੇ ਵਿੱਚ ਅਤੇ ਚਲੋ ਉਹਨਾਂ ਨਾਲ ਗੱਲ ਕਰਦੇ ਹਾਂ। ਪਹਿਲਾਂ ਦਾ ਸਵਾਗਤ ਕਰਿਓ ਡਾਕਟਰ ਨਿਸ਼ਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੈਸ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਤੁਸੀਂ ਸਿਹਤਮੰਦ ਰਹੋ, ਤੰਦਰੁਸਤ ਰਹੋ, ਔਰ ਹਮੇਸ਼ਾ ਜਿੰਦਾਬਾਦ ਜਿੰਦਾਬਾਦ ਰਹੋ। ਤਾਂ ਇਸ ਦੇ ਨਾਲ ਹੀ ਹੁਣ ਤੱਕ ਡਾਕਟਰ ਨਿਸ਼ਾ ਜੀ ਗਏ ਹੋਏ ਸੀ ਲਾਈਕ ਸ਼ਟਲ ਦੇ ਵਿੱਚ ਅਤੇ ਹੁਣ ਇਹ ਵਾਪਸ ਆ ਗਏ ਆ। ਤੁਸੀਂ ਫੋਨ ਕਾਲਸ ਕਰਕੇ ਆਪਣੇ ਸਾਰੇ ਕੁਐਸਚਨਾਂ ਦੇ ਆਨਸਰ ਲੈ ਸਕਦੇ ਹੋ ਜਿਹੜੇ ਤੁਹਾਨੂੰ ਪਹਿਲਾਂ ਹੋਇਆ ਕਰਦੇ ਸੀ। ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਤੁਹਾਡੇ ਸਾਡੇ ਜਿਹੜੇ ਪੈਰਾਂ ਦੇ ਵਿੱਚ ਜਾਂ ਸਾਡੇ ਲੱਤਾਂ ਦੇ ਵਿੱਚ ਲਾਈਕ ਟਿਗਲਿੰਗ ਜੀ ਆਉਂਦੀਆਂ ਰਹਿੰਦੀਆਂ, ਕੀੜੀਆਂ ਜਿਹਾ ਲੜਦੀਆਂ ਰਹਿੰਦੀਆਂ ਜਾਂ ਸੋਜਾ ਹੁੰਦਾ ਰਹਿੰਦਾ, ਉਹਦਾ ਕੀ ਕਾਰਨ ਹੈ ਡਾਕਟਰ ਸਾਹਿਬ? ਬਿਲਕੁਲ ਜੈ ਜੀ, ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜਿੱਦਾਂ ਤੁਸੀਂ ਕਿਹਾ, ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਕਿ ਪੈਰ ਸੋ ਜਾਂਦੇ ਨੇ, ਕਹਿੰਦੇ ਬਾਂਹ ਇੱਥੇ ਕਰੇ, ਕਈ ਵਾਰ ਕਹਿੰਦੇ ਫੋਨ ਅਸੀਂ ਚੱਕਣੇ ਆ ਅਤੇ ਗੱਲ ਕਰਦੇ ਕਰਦੇ ਬਾਂਹ ਜਿਹੜੀ ਸੋ ਜਾਂਦੀ ਹੈ, ਪਾਠ ਕਰਨ ਬੈਠਣੇ ਆ ਅਤੇ ਲੱਤ ਸੋ ਜਾਂਦੀ ਹੈ, ਜਾਂ ਇੱਦਾਂ ਵੀ ਟਿੰਗਲਿੰਗ ਕੀੜੀਆਂ ਚੱਲਦੀ ਰਹਿੰਦੀਆਂ ਨੇ। ਅਤੇ ਇਹ ਮੈਂ ਜਿਸ ਲਈ ਦੇਖਿਆ ਕਿ ਮੋਸਟ ਜਿਹੜਾ ਇਹਨਾਂ ਦਾ ਕਾਰਨ ਹੈ ਕਿ ਜਿਹੜਾ ਸਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈ, ਖੂਨ ਜਿਹੜਾ ਦੌਰਾ ਕਰਦਾ ਉਹ ਪ੍ਰੋਪਰ ਨਹੀਂ ਹੁੰਦਾ, ਕਈਆਂ ਦਾ ਬਿਲਕੁਲ ਥੋੜ੍ਹਾ ਥੋੜ੍ਹਾ ਕਰਦਾ ਅਤੇ ਕਈਆਂ ਦਾ ਬਿਲਕੁਲ ਹੀ ਕਹਿੰਦੇ ਕਿ ਰੁਕ ਜਾਂਦਾ, ਖੂਨ ਥੱਲੇ ਦੇ ਜਾਂਦਾ ਅਤੇ ਉੱਪਰ ਨਹੀਂ ਆਉਂਦਾ, ਕਈ ਵਾਰੀ ਉਹ ਵੈਰੀਕੋਸ ਵੇਨਸ ਵੀ ਕਹਿੰਦੇ ਉਹਨਾਂ ਨੂੰ ਬਣ ਜਾਂਦੀਆਂ, ਜਿਹੜੇ ਤੁਹਾਨੂੰ ਪਰਪਲ ਨਾੜੀਆਂ ਦਿਸਦੀਆਂ ਨੇ, ਹਰੀਆਂ ਦਿਸਦੀਆਂ ਨੇ, ਕਿਉਂਕਿ ਖੂਨ ਥੱਲੇ ਦਾ ਚਲਾ ਜਾਂਦਾ ਲੇਕਿਨ ਥੱਲੋਂ ਉੱਪਰ ਨਹੀਂ ਆਉਂਦਾ, ਹੈ ਨਾ। ਅਤੇ ਇਹ ਬਹੁਤ ਹੀ ਹੁਣ ਕੰਸਰਨ ਫੈਕਟਰ ਹੈ। ਇੱਕ ਕਾਰਨ ਤਾਂ ਇਹ ਹੈ ਕਿ ਮੈਂ ਆਪਣੇ ਲੋਕ ਜਿਹੜੇ ਪਾਣੀ ਬਹੁਤ ਘੱਟ ਪੀਂਦੇ ਨੇ ਅਤੇ ਸਾਰਿਆਂ ਵਾਸਤੇ ਕਿ ਪਾਣੀ ਜ਼ਰੂਰ ਪੀਓ, ਖੁੱਲ੍ਹਾ ਪੀਓ, 6 ਤੋਂ 7 ਗਲਾਸ ਪਾਣੀ ਪੀਓ ਹੀ ਪੀਓ, ਹੁਣ ਗਰਮੀਆਂ ਨੇ ਡੀਹਾਈਡਰੇਸ਼ਨ ਹੋ ਜਾਂਦੀ। ਨੰਬਰ 2 ਹੈ ਕਿ ਅਸੀਂ ਜਿਹੜੇ ਬੈਠੇ ਰਹਿੰਦੇ ਹਾਂ, ਅਸੀਂ ਮੋਬਿਲਿਟੀ ਘੱਟ ਹੈ, ਐਕਸਰਸਾਈਜ਼ ਕੁਛ ਨਾ ਕੁਛ ਹੋਣੀ ਚਾਹੀਦੀ। ਤੀਸਰਾ ਹੈ ਮੈਡੀਕਲ ਕਾਰਨ ਜਿਹੜਾ ਹੈ ਕਿ ਜਿਹਨਾਂ ਨੂੰ ਡਾਇਬਟੀਜ਼ ਹੈ ਜਾਂ ਜਿਹੜੀ ਸ਼ੂਗਰ ਹੈ ਜਿਹਨਾਂ ਨੂੰ ਜ਼ਿਆਦਾ ਹੁੰਦੀ ਰਹਿੰਦੀ ਹੈ ਅਤੇ ਉਹਦੇ ਨਾਲ ਖੂਨ ਤੁਹਾਡਾ ਗਾੜਾ ਹੋ ਜਾਂਦਾ ਹੈ। ਅਤੇ ਕਹਿੰਦੇ ਨੇ ਐਗਜ਼ਾਮਪਲ ਨਾਲ ਜ਼ਿਆਦਾ ਸਮਝ ਆਉਂਦੀ ਹੈ ਗੱਲਾਂ ਕੋਲੋਂ, ਤਾਂ ਮੈਂ ਤੁਹਾਨੂੰ ਦੱਸਦੀ ਹਾਂ, ਗਲਾਸ ਪਾਣੀ ਵਿੱਚ ਥੋੜ੍ਹਾ ਹੀ ਹੈ, ਪਰ ਇਹ ਸੋਚੋ ਕਿ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਗੁਲਾਬ ਜਾਮੁਨ ਜਿਹੜਾ ਰਸ ਹੁੰਦਾ, ਚਾਸ਼ਨੀ ਹੁੰਦੀ ਹੈ, ਇੱਦਾਂ ਬਣ ਜਾਂਦਾ ਕਿ ਪਾਣੀ ਇਹਦੇ ਵਿੱਚ ਤੁਸੀਂ ਖੰਡ ਜੇ 2-3 ਚਮਚ ਖੰਡ ਘੋਲੀ ਦੀ ਹੋਵੇ ਜਾਂ 1-2 ਚਮਚ ਬਟਰ ਦੇ ਪਾਏ ਹੋਣ, ਇੱਕਦਮ ਗਾੜਾ ਹੋ ਜਾਏਗਾ ਤਾਂ ਪਾਣੀ ਹਿੱਲੇਗਾ ਨਹੀਂ। ਇੱਦਾਂ ਹੀ ਸਾਡੇ ਅੰਦਰ ਵੀ, ਨਾੜੀਆਂ ਦੇ ਅੰਦਰ ਵੀ ਖੂਨ ਇੱਦਾਂ ਹੀ ਜੰਮ ਜਾਂਦਾ ਹੈ ਅਤੇ ਉਹ ਜਿਹੜਾ ਹੈ ਨਿਕਲਦਾ ਨਹੀਂ ਅਤੇ ਸਰਕੂਲੇਟ ਪ੍ਰੋਪਰ ਜਿੱਥੇ ਜਿੱਥੇ ਨਹੀਂ ਹੋਏਗਾ ਉੱਥੇ ਉੱਥੇ ਤੁਹਾਡੇ ਇਹ ਪ੍ਰੋਬਲਮਸ ਹੁੰਦੀਆਂ, ਸੋਜਾ ਪੈ ਜਾਂਦਾ ਕਿਉਂਕਿ ਪਾਣੀ ਫਿਰ ਬੋਡੀ 'ਚ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਜਾਂ ਇਸ ਤਰ੍ਹਾਂ ਹੀ ਹਾਰਟ ਦੇ ਅੰਦਰ, ਪੇਟ ਦੇ ਅੰਦਰ ਪਾਣੀ ਇਕੱਠਾ ਹੋ ਜਾਂਦਾ, ਲੱਤਾਂ 'ਚ, ਅੱਡੀਆਂ 'ਚ, ਕਈਆਂ ਦੇ ਅੱਖਾਂ ਥੱਲੇ ਬੈਗੀਜ਼ ਹੈ, ਇੱਥੇ ਹੋ ਜਾਂਦਾ। ਸੋ ਬਲੱਡ ਸਰਕੂਲੇਸ਼ਨ ਜਿਹੜੀ ਹੈ ਇਹ ਬਹੁਤ ਹੀ ਅੱਜ ਕੱਲ੍ਹ ਦੇ ਦੌਰ 'ਚ ਕਾਰਨ ਹੈ ਪੂਰਾ। ਸੋ ਦੂਸਰਾ ਕਹਾਂਗੀ ਕਿ ਆਮ ਲੋਕਾਂ ਦੀ
ਸ਼ਿਕਾਇਤ ਹੁੰਦੀ ਹੈ ਕਿ ਬਲੱਡ ਨੂੰ ਪਤਲਾ ਕਰਨ ਦੇ ਲਈ ਡਾਕਟਰ ਐਸਪਰੀਨ ਦੇ ਦਿੰਦੇ ਆ, ਕੀ ਅਸੀਂ ਸਾਰੀ ਉਮਰ ਐਸਪਰੀਨ ਖਾ ਕੇ ਆਪਣਾ ਬਲੱਡ ਨੂੰ ਪਤਲਾ ਕਰ ਸਕਦੇ ਹਾਂ, ਤੁਹਾਡੇ ਕੋਈ ਹੋਰ ਵੀ ਇਹਦਾ ਇਲਾਜ ਆ? ਬਿਲਕੁਲ ਜੀ, ਐਸਪਰੀਨ ਤਾਂ ਦੇਖੋ ਜ਼ਰੂਰੀ ਹੁੰਦੀ ਹੈ, ਦੇਣੀ ਪੈਂਦੀ ਜਿਹਨਾਂ ਨੂੰ ਕੋਲੈਸਟ੍ਰੋਲ ਹਾਈ ਰਹਿੰਦਾ ਜਾਂ ਬਲੱਡ ਪ੍ਰੈਸ਼ਰ ਹੁੰਦਾ ਹਾਰਟ ਨੂੰ ਪ੍ਰੋਟੈਕਟ ਕਰਨ ਲਈ, ਪਰ ਇਹ ਵੀ ਤੁਹਾਨੂੰ ਪਤਾ ਕਿ ਉਹ ਇੱਕ ਟੈਂਪਰੇਰੀ ਹੈ, ਮੇਨ ਹੈ ਕਿ ਉਹਦੇ ਅੰਡਰਲਾਈਨ ਕਾਜ਼ਿਜ਼ ਕੀ ਨੇ, ਤੁਹਾਡਾ ਖੂਨ ਗਾੜਾ ਕਿਉਂ ਹੁੰਦਾ ਪਿਆ, ਜਿਸਦਾ ਸ਼ੂਗਰ ਦੀ ਗੱਲ ਕੀਤੀ ਹੈ, ਅਗਰ ਜਿਸ ਤਰ੍ਹਾਂ ਹੁਣ ਮੈਂ ਗਲਾਸ ਦੀ ਐਗਜ਼ਾਮਪਲ ਦਿੱਤੀ ਹੈ, ਹੁਣ ਅਗਰ ਇਹਦੇ ਵਿੱਚ ਸ਼ੂਗਰ ਨਾਲ ਹੋਇਆ ਜਾਂ ਇਹਦੇ ਨਾਲ ਕੋਲੈਸਟ੍ਰੋਲ ਹੈ ਜਾਂ ਬਲੱਡ ਜਾਂ ਬਟਰ ਦੀ ਐਗਜ਼ਾਮਪਲ ਦਿੱਤੀ ਹੈ, ਅਗਰ ਬਟਰ ਇੱਥੋਂ ਨਿਕਲ ਜਾਏ ਇਹਦੇ ਵਿੱਚੋਂ ਅਤੇ ਜਾਂ ਸ਼ੂਗਰ ਨਿਕਲ ਜਾਏ ਅਤੇ ਦੁਬਾਰਾ ਮੁੜ ਕੇ ਪਾਣੀ ਪਤਲਾ ਹੋ ਜਾਏਗਾ ਅਤੇ ਘੁੰਮਣਾ ਸ਼ੁਰੂ ਹੋ ਜਾਏਗਾ, ਸਰਕੂਲੇਸ਼ਨ ਇੰਪਰੂਵਮੈਂਟ ਹੋ ਜਾਏਗੀ। ਇਸ ਕਰਕੇ ਸਾਡੇ ਕੋਲ ਜਿਹੜਾ ਤਰੀਕਾ ਹੁੰਦਾ ਕਿ ਅਸੀਂ ਅਗਰ ਡਾਇਬਟੀਜ਼ ਵਾਲਾ ਪੇਸ਼ੈਂਟ ਹੈ, ਆਲਰੇਡੀ ਪਤਾ ਹੈ ਉਹਦੇ 'ਚ ਅਸੀਂ ਉਹਦੀ ਖੂਨ ਜਿਹੜੇ ਨਾੜੀਆਂ ਵਿੱਚੋਂ ਕਲੀਨ ਕਰ ਦਿੰਦੇ ਹਾਂ, ਉਹਦੀ ਸ਼ੂਗਰ ਨਿਕਲ ਜਾਂਦੀ ਹੈ, ਦੂਜਾ ਜਿਹੜਾ ਕੋਲੈਸਟ੍ਰੋਲ ਹੈ ਕੋਲੈਸਟ੍ਰੋਲ ਦਾ ਵੀ ਟ੍ਰੀਟਮੈਂਟ ਹੁੰਦਾ, ਉਹਦੀ ਨਿਕਲ ਜਾਂਦੀ ਹੈ, ਅਤੇ ਫਿਰ ਜਿਹੜਾ ਖੂਨ ਦੌਰਾ ਕਰਨ ਵਾਸਤੇ ਜਿਹੜਾ ਹੈ ਉਹਦੇ ਵਾਸਤੇ ਕੁਛ ਦੇਰ ਲਈ ਦਵਾਈ ਲੈਣੀ ਪੈਂਦੀ ਹੈ, ਜਿਸ ਤਰ੍ਹਾਂ ਵੈਰੀਕੋਸ ਵੇਨਸ ਦੀ ਗੱਲ ਕੀਤੀ ਹੈ, ਬਹੁਤ ਸਾਰੀਆਂ ਐਲਰਜੀਜ਼ ਜਿਹਨਾਂ ਨੂੰ ਰਹਿੰਦੀਆਂ ਨੇ ਉਹਨਾਂ ਵਾਸਤੇ ਕਿ ਉਹ ਜਿਹੜਾ ਨਾੜੀਆਂ ਸੁੱਜੀ ਸੁੱਜੀਆਂ ਰਹਿੰਦੀਆਂ ਨੇ ਕਿ ਇਨਫਲੇਮੇਸ਼ਨ ਨਾਲ, ਕਈਆਂ ਦੀ ਨਾੜੀਆਂ ਸੁੰਗੜ ਨਾਲ ਵੀ ਹੋ ਜਾਂਦਾ ਹੈ ਜਿਹਦਾ ਬਲੱਡ ਪ੍ਰੈਸ਼ਰ ਵੀ ਹਾਈ ਰਹਿੰਦਾ ਹੈ, ਅਤੇ ਕਈਆਂ ਦੇ ਇਨਫਲੇਮੇਸ਼ਨ ਹੋ ਜਾਂਦੀ ਹੈ ਉਹਦੇ ਕਾਰਨ ਵੀ। ਸੋ ਹਰ ਇੱਕ ਲਈ ਤੁਹਾਡੇ ਕਾਰਨ ਕੀ ਹੈ, ਤੁਹਾਡੀ ਪ੍ਰੋਬਲਮ ਜਿਹੜੀ ਹੈ ਅਸਲੀ ਕਾਰਨ ਕੀ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਮੈਂ ਪਹਿਲੇ ਵੀ ਕਿਹਾ ਕਿ ਟੈਸਟ ਜ਼ਰੂਰ ਕਰਵਾਓ ਆਪਣੇ, ਜਿਹੜੇ ਥੁੱਕ ਦੇ ਟੈਸਟ ਵੀ ਹੁੰਦੇ ਨੇ ਜਾਂ ਬਾਲਾਂ ਦੇ ਟੈਸਟ ਹੁੰਦੇ ਨੇ, ਫੂਡ ਸੈਂਸਿਟੀਵਿਟੀ ਟੈਸਟ ਕਹਿੰਦੇ ਹਾਂ ਜਾਂ ਜੀਨ ਟੈਸਟਿੰਗ, ਉਹ ਜ਼ਰੂਰ ਤੁਸੀਂ ਟੈਸਟ ਕਰਵਾਓ। ਸੋ ਇਸ ਦੇ ਨਾਲ ਹੀ ਇਹ ਜ਼ਰੂਰ ਕਹਾਂਗੀ ਕਿ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਜਾਣਨ ਦੇ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਲੋਕ ਫੋਨ ਕਰਦੇ ਨੇ ਕਿ ਬਿਨਾਂ ਟੈਸਟ ਤੋਂ ਸਾਨੂੰ ਦਵਾਈ ਦੇ ਦੇਣਗੇ, ਦਵਾਈ ਦਾ ਲੈਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਹਾਡੀ ਜੜ ਦਾ ਹੀ ਨਹੀਂ ਪਤਾ। ਸੋ ਉੱਠੋ ਅਤੇ ਡਾਕਟਰ ਨਿਸ਼ਾ ਜੀ ਹੁਣ ਤੱਕ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਉਹਨਾਂ ਨੂੰ ਫੋਨ ਨਹੀਂ ਕਰਦੇ, ਫੋਨ ਕਰੋ ਉਹਨਾਂ ਨੂੰ, ਫੋਨ ਘੁੰਮਾ ਕੇ ਉਹਨਾਂ ਨੂੰ ਪੁੱਛੋ ਕਿ ਉਹ ਟੈਸਟ ਕਰਵਾ ਕੇ ਤੁਹਾਨੂੰ ਜਾਣ ਸਕੋ ਕਿ ਕੀ ਅੱਜ ਜੇ ਤੁਸੀਂ ਸਟ੍ਰਾਬੇਰੀ ਖਾਂਦੇ ਹੋ ਜਾਂ ਤੁਸੀਂ ਅੱਜ ਬਲਿਊਬੇਰੀ ਦਾ ਸ਼ੇਕ ਪੀ ਰਹੇ ਹੋ ਜਾਂ ਤੁਸੀਂ ਅੱਜ ਚੈਰੀ ਬਹੁਤ ਖਾ ਰਹੇ ਹੋ ਕਿ ਤੁਹਾਨੂੰ ਫਾਇਦਾ ਵੀ ਕਰਦੀ ਹੈ ਕਿ ਨਹੀਂ, ਕਿ ਤੁਹਾਨੂੰ ਸਗੋਂ ਜ਼ਿਆਦਾ ਨੁਕਸਾਨ ਕਰਦੀ ਹੈ। ਸੋ ਜੇਕਰ ਤੁਹਾਡਾ ਲਿਵਰ ਫੈਟੀ ਹੋ ਗਿਆ ਜਾਂ ਤੁਹਾਨੂੰ ਡਾਇਬਿਟੀ ਆ ਜਾਂ ਤੁਹਾਨੂੰ ਲਾਈਕ ਬਲੱਡ ਲਾਈਕ ਸ਼ੂਗਰ ਹੀ ਆ ਤੁਹਾਨੂੰ ਜਾਂ ਤੁਹਾਨੂੰ ਮੰਨ ਲਓ ਕਿ ਹਾਈ ਬਲੱਡ ਪ੍ਰੈਸ਼ਰ ਹੀ ਆ, ਸਾਰੀਆਂ ਦਾ ਕਾਜ਼ ਕੀ ਹੈ, ਕਾਰਨ ਕੀ ਹੈ, ਬਿਲਕੁਲ ਕਾਰਨ ਜਾਣਨਾ ਜ਼ਰੂਰੀ ਹੈ। ਜੇ ਜਿਹੜੇ ਡਾਕਟਰ ਨੇ ਕਾਰਨ ਲੱਭਦੇ ਨੇ, ਇਹ ਦੂਜੇ ਨਹੀਂ ਹੈਗੇ ਕਿ ਤੁਸੀਂ ਡਾਕਟਰ ਕੋਲ ਚਲੇ ਗਏ ਤਾਂ ਉਹਨੇ ਤੁਹਾਨੂੰ ਦਵਾਈ ਦੇ ਦੇਣੀ ਹੈ ਵੀ ਆਹ ਦਵਾਈ ਖਾ ਲਓ ਅਤੇ ਉਹਦਾ ਉਹ ਬਲੱਡ ਪ੍ਰੈਸ਼ਰ ਠੀਕ ਨਹੀਂ ਹੁੰਦਾ, ਉਹ ਸਿਰਫ ਕੰਟਰੋਲ ਹੁੰਦਾ ਭਈਆ, ਤਾਂ ਤੁਸੀਂ ਜਿਹੜਾ ਉਹ ਠੀਕ ਕਰਦੇ ਹੋ ਜੜ ਤੋਂ। ਬਿਮਾਰੀ ਲਕੋ ਰਹਿੰਦੀ ਹੈ, ਬਿਮਾਰੀ ਦਬਦੀ ਹੈ, ਬਿਮਾਰੀ ਦਬਾਣੀ ਨਹੀਂ ਹੈ, ਉਹਨਾਂ ਨੂੰ ਕੱਢਣਾ ਬਾਹਰ ਕੱਢਣਾ ਵਾ, ਜਿਹੜੀ ਨਿਕਲ ਜਾਂਦੀ ਹੈ ਪਰਮਾਨੈਂਟ ਸਲੂਸ਼ਨ ਹੈ, ਤੁਹਾਨੂੰ ਹਮੇਸ਼ਾ ਵਾਸਤੇ ਤੁਸੀਂ ਤੰਦਰੁਸਤ ਹੋ ਜੇ, ਠੀਕ ਹੋ ਗਏ, ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਅਤੇ ਅਸੀਂ ਆਪਣੇ ਫੈਮਿਲੀ ਮੈਂਬਰ ਹੀ ਤੁਹਾਨੂੰ ਸਮਝਦੇ ਹਾਂ, ਅਤੇ ਇਸ ਕਰਕੇ ਚਾਹੁੰਦੇ ਕਿ ਤੁਹਾਡਾ ਵਧੀਆ ਇਲਾਜ ਹੋਵੇ, ਪਰਮਾਨੈਂਟ ਹੋਵੇ, ਪਰਮਾਨੈਂਟ ਹੋਵੇ। ਅਤੇ ਇਸ ਦੇ ਨਾਲ ਹੀ ਚੱਕੋ, ਫੋਨ ਘੁਮਾਓ ਅਤੇ ਡਾਕਟਰ ਨਿਸ਼ਾ ਜੀ ਨੂੰ ਹੋਰ ਸਵਾਲ ਤੁਸੀਂ ਪੁੱਛ ਸਕਦੇ ਹੋ। ਅਗਲੀ ਵੀਕ ਫਿਰ ਮਿਲਦੇ ਹਾਂ, ਡਾਕਟਰ ਨਿਸ਼ਾ ਜੀ ਟਾਈਮ ਹੋ ਗਿਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ।